ग्लोबल एडुकेयर। स्पेशल कैबिन स्पीकिंग, रोजाना की प्रैक्टिस वास्ते फ्रैश मटीरियल, घर जाके प्रैक्टिस लिए फ्रैश मटीरियल, इमीग्रेशन सेवावां, आईलैट्स दौरान कंडीशन ऑफ लैटर्स, मालवा जोन की आईलैट्स और इमीग्रेशन संस्था, ग्लोबल एडुकेयर, हरिंद्रा नगर कोटपुरा रोड फरीदकोट, मोबाइल 98885-49094। जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज, पुखराज। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੈਰੀ ਵੱਲੋਂ ਲੈ ਕੇ ਫਿਰ ਤੋਂ ਹਾਜ਼ਰ ਹੋ ਗਏ ਤੁਹਾਡਾ ਆਪਣਾ ਫੇਵਰੇਟ ਸ਼ੋਅ ਗਲੋਬਲ ਐਡੂਕੇਅਰ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ। ਮੈਂ ਪਹੁੰਚਿਆ ਜੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਸਾਧਕ ਦੇ ਵਿੱਚ। ਸੋ ਬੱਚੇ ਕਰ ਰਹੇ ਨੇ ਬੇਸਬਰੀ ਨਾਲ ਇੰਤਜ਼ਾਰ, ਸੋ ਆਓ ਚੱਲਦੇ ਹਾਂ, ਕਰਦੇ ਹਾਂ ਬੱਚੇ ਨਾਲ ਗੱਲਬਾਤ। ਆ ਜਾਓ ਜੀ। ਮਸਤੀ ਕੈਂਪਸ ਦੀ ਗਲੋਬਲ ਐਡੂਕੇਅਰ। ਸਪੈਸ਼ਲ ਕੈਬਨ ਸਪੀਕਿੰਗ, ਰੋਜ਼ਾਨਾ ਦੀ ਪ੍ਰੈਕਟਿਸ ਵਾਸਤੇ ਫਰੈਸ਼ ਮਟੀਰੀਅਲ, ਘਰ ਜਾ ਕੇ ਪ੍ਰੈਕਟਿਸ ਲਈ ਫਰੈਸ਼ ਮਟੀਰੀਅਲ, ਇਮੀਗ੍ਰੇਸ਼ਨ ਸੇਵਾਵਾਂ, ਆਈਲੈਟਸ ਦੌਰਾਨ ਕੰਡੀਸ਼ਨ ਆਫ ਲੈਟਰਸ, ਮਾਲਵਾ ਜ਼ੋਨ ਦੀ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾ, ਗਲੋਬਲ ਐਡੂਕੇਅਰ, ਹਰਿੰਦਰਾ ਨਗਰ ਕੋਟਪੁਰਾ ਰੋਡ ਫਰੀਦਕੋਟ, ਮੋਬਾਈਲ 98885-49094। ਮਸਤੀ ਕੈਂਪਸ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੈਰੀ ਵੱਲੋਂ ਲੈ ਕੇ ਫਿਰ ਤੋਂ ਆਦਰ ਹੈ ਤੁਹਾਡਾ ਆਪਣਾ ਫੇਵਰੇਟ ਸ਼ੋਅ ਗਲੋਬਲ ਐਡੂਕੇਅਰ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ। ਮੈਂ ਪਹੁੰਚਿਆ ਜੀ ਗੁਰੂ ਤੇਗ ਬਹਾਦਰ ਸਕੂਲ ਮਹਿਮੂਆਣਾ ਸਾਧਕ ਦੇ ਵਿੱਚ। ਸੋ ਬੱਚੇ ਖੜੇ ਮੇਰੇ ਨਾਲ, ਆਪਾਂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਆਓ ਜੀ, ਆਓ ਜੀ, ਕੀ ਹਾਲ ਚਾਲ? ਬਹੁਤ ਹੀ ਵਧੀਆ ਜੀ, ਠੀਕ ਠਾਕ। ਬੜਾ ਸੋਚ ਕੇ ਤੇ ਬਹੁਤ ਵਧੀਆ ਆਇਆ ਵਾਰ। ਝੁੰਗਾ ਕੀ ਆਉਂਦੀ? ਤੇ ਫਿਰ ਛੱਡੀ ਕਿਉਂ ਨਹੀਂ? ਛੱਡੀ ਕਿਉਂ ਨਹੀਂ ਕਰਨੀ ਜਦੋਂ? ਅੱਛਾ, ਅੱਗੇ ਕੀ ਕਰਨਾ, ਫਿਊਚਰ ਪਲਾਨ ਕੀ ਹੈ? ਅਬਰੋਡ ਸਟੱਡੀ। ਅਬਰੋਡ ਸਟੱਡੀ, ਅਬਰੋਡ ਸਟੱਡੀ ਲਈ ਕਿੱਥੇ ਜਾਣਾ ਫਿਰ? ਕੈਨੇਡਾ। ਕੈਨੇਡਾ, ਕੈਨੇਡਾ ਜਾਣ ਲਈ ਫਿਰ ਤੁਹਾਨੂੰ ਇੰਗਲਿਸ਼ ਦੀ ਤਿਆਰੀ ਕਰਨੀ ਪੈਣੀ ਬਹੁਤ ਜ਼ਿਆਦਾ, ਅਤੇ ਉਹਦੇ ਲਈ ਗਲੋਬਲ ਐਡੂਕੇਅਰ ਹੈ ਨਾ, ਅਤੇ ਵਿਜ਼ਿਟ ਕਰਿਓ ਅਤੇ ਫਿਰ ਚੰਗੇ ਚੰਗੇ ਬੈਂਡ ਲੈ ਕੇ ਪਹੁੰਚੋ ਬਾਹਰ। ਅਤੇ ਝੁੰਗੇ ਦੀ ਇੰਗਲਿਸ਼ ਕੀ ਹੁੰਦੀ ਹੈ? ਘਬਰਾਏ ਜੇ ਲੱਗਦੇ ਹੋ? ਨਹੀਂ ਨਹੀਂ। ਕਿਉਂ? ਪੱਗ ਬਹੁਤ ਸੋਹਣੀ ਬੰਨੀ ਹੈ। ਥੈਂਕ ਯੂ। ਸਿੱਖੀ ਹੈ ਕਿਤੋਂ ਗਏ? ਆਪਣੇ ਆਪ ਹੀ? ਆਪਣੇ ਆਪ ਹੀ। ਅੱਛਾ, ਆਪਣੇ ਆਪ ਹੀ ਆ ਗਈ ਸੀ, ਠੀਕ ਹੈ। ਝੁੰਗੇ ਨੂੰ ਇੰਗਲਿਸ਼ ਕੀ ਕਹਿੰਦੇ ਆ? ਉਹਦਾ ਨਹੀਂ ਪਤਾ। ਉਹਦਾ ਨਹੀਂ ਪਤਾ, ਹੁੰਦਾ ਕੀ ਹੈ ਵੈਸੇ ਐਕਚੁਅਲ ਦੇ ਵਿੱਚ? ਕੁਛ ਲੈਣ ਤੋਂ ਬਾਅਦ ਆਪਾਂ ਹੋਰ ਕੁਛ ਮੰਗਦੇ ਫ੍ਰੀ ਵਿੱਚ। ਫ੍ਰੀ ਵਿੱਚ ਕੁਛ ਮੰਗਦੇ ਹਾਂ, ਉਹਨੂੰ ਝੁੰਗਾ ਕਹਿੰਦੇ ਆ। ਤੈਨੂੰ ਇੰਗਲਿਸ਼ ਕੀ ਕਹਾਂਗੇ ਆਪਾਂ? ਇੰਗਲਿਸ਼ ਨਹੀਂ ਪਤਾ। ਥੈਂਕ ਯੂ। ਹਾਂਜੀ, ਕੀ ਕੀ ਕਹਾਂਗੇ? ਆਇਓ, ਆਇਆ ਮੇਰਾ ਵੀਰ, ਭੱਜਿਆ ਭੱਜਿਆ ਭੱਜਿਆ, ਠੀਕ ਠਾਕ। ਤੂੰ ਪੱਗ ਬਹੁਤ ਸੋਹਣੀ ਬੰਨੀ ਆ, ਇਹਦੇ ਲਈ ਕੁਛ ਕਹਿਣਾ ਨੀ? ਨਹੀਂ ਕੁਛ ਨਹੀਂ। ਤੇ ਸੰਗਦਾ ਜਾ ਕਿਉਂ ਪਿਆ? ਵੈਸੇ ਹੀ ਸਰ। ਅੱਛਾ, ਵੈਸੇ ਹੀ ਇੱਧਰ ਨੂੰ ਵੇਖ ਕੇ ਸੰਗਿਆ? ਕੁੜੀਆਂ ਤੋਂ ਸੰਗ ਆਉਂਦੀ ਹੈ? ਹਾਂਜੀ ਸਰ। ਅੱਛਾ, ਕਿੰਨੀ ਕੁ? ਜਿੰਨੀ ਵੀ ਕਹਿ ਦੇ। ਅੱਛਾ, ਘਰ ਵੀ ਐਂ ਸੰਗਦਾ ਜਾਂ ਬਾਹਰ ਆ ਕੇ ਸੰਗ ਆਉਂਦੀ ਹੈ? ਘਰੇ ਜਾਈਦੇ ਘਰ। ਕਰਨੀ ਮਾਰਦੇ ਤੁਸੀਂ? ਕਿਉਂ, ਕਿੱਥੇ ਰਹਿੰਦੇ ਹੋ ਸਾਰਾ ਦਿਨ? ਘੁੰਮ ਫਿਰ ਲਈਦਾ ਬਾਹਰ ਹੀ। ਕਿੱਥੇ ਕਿੱਥੇ ਘੁੰਮਦੇ ਹੋ, ਕੀ ਸਕੈਜੂਲ ਹੈ ਤੁਹਾਡਾ ਘੁੰਮਣ ਦਾ? ਬਸ ਨੇੜੇ ਨੇੜੇ ਸਾਰੀ ਯਾਰਾਂ ਬੇਲੀਆਂ। ਅੱਛਾ, ਇੱਕ ਫੱਫੇ ਕੁੱਟਣੀ ਵਰਡ ਹੁੰਦਾ, ਫੱਫੇ ਕੁੱਟਣੀ ਪਿੰਡਾਂ ਦੇ ਵਿੱਚ ਆਮ ਸੁਣਿਆ ਹੋਣਾ ਤੁਸੀਂ, ਪਿੰਡ ਤੋਂ ਬਿਲੋਂਗ ਕਰਦੇ ਹੋ? ਸ਼ਹਿਰ ਤੋਂ? ਪਿੰਡ ਤੋਂ। ਪਿੰਡ ਤੋਂ ਫੱਫੇ ਕੁੱਟਣੀ ਵਰਡ ਸੁਣਿਆ ਕਦੀ ਅੱਜ ਤੱਕ? ਕਦੀ ਪਿੰਡ ਦੇ ਵਿੱਚ ਦੋ ਬੀਬੀਆਂ ਲੜਦੀਆਂ ਦੇਖੀਆਂ? ਹਾਂਜੀ, ਬਹੁਤ ਵਾਰ। ਕਿੰਨੀ ਵਾਰੀ? ਉਹ ਕੀ ਕਿਵੇਂ ਲੜਦੀਆਂ ਹੁੰਦੀਆਂ? ਉਹ ਸਰ ਪੁਰਾਣੀਆਂ ਗੱਲਾਂ ਹੁੰਦੀਆਂ, ਉਹਨਾਂ ਦੇ ਮਿਹਣੇ ਦੇਣ ਲੱਗ ਪੈਂਦੀਆਂ। ਮਿਹਣੇ ਕਿੱਦਾਂ? ਲਾਈਕ ਕਿੱਦਾਂ ਪੁਰਾਣੀ ਗੱਲ ਦਾ? ਕੋਈ ਮਿਹਣਾ ਸੁਣਿਆ ਹੋਵੇ ਵੀ ਆਹ ਮਿਹਣਾ ਦਿੱਤਾ ਹੋਵੇ? ਨਹੀਂ, ਇਹ ਤੁਹਾਨੂੰ ਦੱਸ ਨਹੀਂ ਸਕਦੀ। ਜ਼ਿਆਦਾ ਮਸਲਾ ਵੱਧ ਜਾਣਾ ਹੈ? ਮਸਲਾ ਵੱਧ ਜਾਣਾ। ਠੀਕ ਠੀਕ ਠਾਕ। ਤੁਹਾਨੂੰ ਪਤਾ ਝੁੰਗਾ ਕੀ ਹੁੰਦਾ? ਕੀ ਹੁੰਦਾ?
ਝੁੰਗਾ ਕਹਿ ਦਿੰਦੇ ਉਹਨੂੰ ਤੇ ਉਹਨੂੰ ਆਪਾਂ ਇੰਗਲਿਸ਼ ਕੀ ਕਵਾਂਗੇ ਝੁੰਗੇ ਨੂੰ ਇੰਗਲਿਸ਼ ਦਾ ਨੀ ਪਤਾ ਲੱਗਦਾ ਫੱਫੇ ਕੁੱਟਣੀ ਵਰਡ ਸੁਣਿਆ ਕਦੀ ਕੀ ਹੁੰਦਾ ਉਹ ਫੱਫੇ ਕੁੱਟਣੀ ਜਦੋਂ ਬੁੜੀਆਂ ਲੜਦੀਆਂ ਹੁੰਦੀਆਂ ਉਸ ਵਿੱਚ ਉਦੋਂ ਇੱਕ ਦੂਜੇ ਨੂੰ ਕਹਿੰਦੀਆਂ ਕੀ ਕਹਿੰਦੀਆਂ ਹੁੰਦੀਆਂ ਝੁੰਗੇ ਬਾਰੇ ਵੀ ਨੀ ਪਤਾ ਹੋਣਾ ਕੀ ਹੁੰਦਾ ਉਹ ਉਹ ਝੁੰਗਾ ਹੁੰਦਾ ਠੀਕ ਹੈ ਮੈਂ ਫਿਰ ਮੱਠੀਆਂ ਦੇ ਕੁੜੀ ਨੇ ਗੱਲ ਖਤਮ ਕਰਦੀ ਇਹਦੀ ਤੇ ਕੁੜੀਆਂ ਦੀ ਸੂਈ ਗੋਲ ਗੱਪਿਆਂ ਤੇ ਜਾਂਦੀ ਹੁੰਦੀ ਹੈ ਵੀ ਗੋਲ ਗੱਪੇ ਖਾਣ ਵਾਲੀ ਪਾਪੜੀਆਂ ਮਿਲਦੀਆਂ ਉਹਨੂੰ ਝੁੰਗਾ ਕਹਿੰਦੇ ਆ ਹਨਾ ਗੋਲ ਗੱਪੇ ਕਿੰਨੇ ਕੁ ਪਸੰਦ ਆ ਠੀਕ ਠੀਕ ਹੈ ਝੁੰਗੇ ਨੂੰ ਇੰਗਲਿਸ਼ ਕਹਿੰਦੇ ਆ ਇਹਨਾਂ ਨੂੰ ਪਤਾ ਅੱਛਾ ਉੱਧਰ ਦੇਖਿਆ ਮੈਂ ਕਿਹਾ ਸ਼ਾਇਦ ਉਹਨਾਂ ਨੂੰ ਪਤਾ ਹੋਊਗਾ ਤੁਹਾਨੂੰ ਪਤਾ ਫੱਫੇ ਕੁੱਟਣੀ ਕੀ ਹੁੰਦਾ ਇਹਦੇ ਬਾਰੇ ਵੀ ਨਹੀਂ ਪਤਾ ਪਿੰਡ ਤੋਂ ਕਿ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਪਿੰਡ ਵਾਲਿਆਂ ਨੂੰ ਤਾਂ ਪਤਾ ਹੁੰਦਾ ਕਦੀ ਮੰਮੀ ਕਦੀ ਲੜੀ ਹੈ ਕਦੀ ਕਿਸੇ ਨਾਲ ਚਾਚੀ ਨਾਲ ਜਾਂ ਤਾਈ ਨਾਲ ਕਿੰਨਾ ਕੁ ਪਿਆਰ ਹੈ ਮੰਮੀ ਦਾ ਚਾਚੀ ਜਾਂ ਤਾਈ ਨਾਲ ਬਹੁਤ ਜ਼ਿਆਦਾ ਕਿੰਨਾ ਕੁ ਪਿਆਰ ਕਦੀ ਪਿਆਰ ਬਾਹਰ ਆਇਆ ਉਹਨਾਂ ਦਾ ਕਦੀ ਦੇਖਿਆ ਕਦੀ ਆਪਸ 'ਚ ਲੜਦਿਆਂ ਨੂੰ ਸਾਲ ਹੋ ਗਿਆ ਬੜਾ ਲੰਬਾ ਟਾਈਮ ਹੋ ਗਿਆ ਇੰਨਾ ਪਿਆਰ ਅੱਛਾ ਜਦੋਂ ਲੜੀਆਂ ਸੀ ਕਿਹੜੀ ਗੱਲ ਤੋਂ ਚੱਲ ਲੜਾਈ ਹੋਈ ਸੀ ਬੱਚਿਆਂ ਪਿੱਛੇ ਬੱਚਾ ਤੁਸੀਂ ਲੜਾਕੇ ਹੋ ਤੇ ਫਿਰ ਕਿਵੇਂ ਲੜਾਈ ਹੋ ਗਈ ਤੁਹਾਡੇ ਪਿੱਛੇ ਤੁਹਾਨੂੰ ਪਤਾ ਫੱਫੇ ਕੁੱਟਣੀ ਕੀ ਹੁੰਦਾ ਪਤਾ ਨਹੀਂ ਪਿੰਡ ਤੋਂ ਕਿ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਪਿੰਡ ਵਾਲਿਆਂ ਨੂੰ ਤਾਂ ਪਤਾ ਹੁੰਦਾ ਪਿੰਡ ਦੇ ਵਿੱਚ ਆਮ ਹੀ ਬੀਬੀਆਂ ਬੋਲ ਦਿੰਦੀਆਂ ਅੱਛਾ ਫੱਫੇ ਕੁੱਟਣੀ ਦਾ ਇੱਕ ਵਾਕ ਬਣਾਓ ਝੁੰਗੇ ਬਾਰੇ ਪਤਾ ਉਹਦੇ ਬਾਰੇ ਵੀ ਨਹੀਂ ਪਤਾ ਪੜ੍ਹਾਈ ਆਉਂਦੀ ਹੈ ਕਿੰਨੀ ਕੁ ਆਉਂਦੀ ਹੈ ਆਓ ਸਰਦਾਰ ਸਾਹਿਬ ਹਾਂਜੀ ਤੁਹਾਨੂੰ ਹੀ ਕਹਿ ਰਹੇ ਹਾਂ ਠੀਕ ਠਾਕ ਹੋ ਫੱਫੇ ਕੁੱਟਣੀ ਵਰਡ ਕੀ ਹੁੰਦਾ ਜਿਹੜੀਆਂ ਪਲਾਲ ਮਾਰਦੀਆਂ ਕੀ ਮਾਰਦੀਆਂ ਹੁੰਦੀਆਂ ਪਲਾਲ ਹੁਣ ਮੈਨੂੰ ਇਹ ਪੁੱਛਣਾ ਪੈਣਾ ਪਲਾਲ ਕੀ ਹੁੰਦਾ ਉਹ ਕੀ ਹੁੰਦਾ ਗੱਪ ਅੱਛਾ ਜਿਹੜੀ ਗੱਪ ਮਾਰਦੀ ਉਹਨਾਂ ਨੂੰ ਫੱਫੇ ਕੁੱਟਣੀਆਂ ਕਹਿੰਦੇ ਆ ਇਹ ਤੁਹਾਨੂੰ ਕਿਹਨੇ ਦੱਸਿਆ ਪਿੰਡੋਂ ਹੀ ਪਤਾ ਲੱਗਿਆ ਅੱਛਾ ਪਿੰਡੋਂ ਪਤਾ ਲੱਗਿਆ ਸੀ ਹਾਂਜੀ ਤੁਸੀਂ ਕਿੱਥੇ ਸੁਣਿਆ ਸੀ ਵਰਡ ਪਹਿਲੀ ਵਾਰੀ ਇਹ ਆਂਢ ਗੁਆਂਢ 'ਚ ਸਰ ਆਂਢ ਗੁਆਂਢ 'ਚ ਕਿਹਨੇ ਸੁਣਾਇਆ ਸੀ ਦਾਦੀ ਕਿਸੇ ਦੀ ਗੱਲ ਕਰ ਰਹੇ ਸੀ ਦਾਦੀ ਕੀ ਕਹਿ ਰਹੇ ਸੀਗੇ ਕਿ ਉਹ ਬੜੇ ਗੱਪ ਮਾਰਦੀ ਆ ਬੜੀ ਫੱਫੇ ਕੁੱਟਣੀ ਫੱਫੇ ਕੁੱਟਣੀ ਹੁਣ ਨਾਮ ਨਾ ਲੈ ਦੀ ਉਹਦਾ ਕਹਿਣਾ ਸੀ ਕਿ ਘਰ ਤੂੰ ਲੜਾਈ ਪਵਾ ਦੇਗਾ ਪਿੰਡ ਜਾ ਕੇ ਕਿਸੇ ਨਾ ਕਿਸੇ ਦੀ ਨਹੀਂ ਪਵਾ ਹਨਾ ਫੱਫੇ ਕੁੱਟਣੀ ਇੰਗਲਿਸ਼ ਕਹਿੰਦੇ ਆ ਇੰਗਲਿਸ਼ ਨਹੀਂ ਪਤਾ ਉਹਦੇ ਬਾਰੇ ਨਹੀਂ ਪਤਾ ਤੇ ਝੁੰਗੇ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ ਸੀ ਐਚ ਯੂ ਐਨ ਜੀ ਏ ਓਏ 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 ਸੀ ਐਚ ਯੂ ਐਨ ਜੀ ਏ ਝੁੰਗਾ ਨਹੀਂ ਯਾਰ ਇੰਗਲਿਸ਼ ਕੁਝ ਹੋਰ ਬਣਦੀ ਆ ਹਾਂਜੀ ਅੱਜ ਗਲਾ ਖਰਾਬ ਹੋ ਗਿਆ ਵਿਕਸ ਹੋਣੀ ਮੈਂ ਲੈ ਕੇ ਆਵਾਂ ਗੱਡੀ 'ਚ ਪਈ ਹੋਣੀ ਆ ਮੇਰਾ ਵੀ ਐਕਚੁਲੀ ਪਰਸੋਂ ਗਲਾ ਖਰਾਬ ਸੀ ਮੈਡੀਸਨ ਮਨਾਲ ਹੀ ਚੱਕੀ ਕਰਦਾ ਆਪਾਂ ਮੈਡੀਸਨ ਖਵਾ ਦਿੰਦੇ ਤੁਹਾਨੂੰ ਗਾਣਾ ਸੁਣਾਓ ਫਿਰ ਜਿਵੇਂ ਤੁਹਾਡਾ ਦਿਲ ਕਰਦਾ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਮੈਂ ਤਾਂ ਮਾਈਕ ਫੜੇ ਹੈ ਆਲਰੇਡੀ ਜੇ ਤੁਸੀਂ ਮਾਈਕ ਫੜੋ ਤੁਸੀਂ ਫੜ ਸਕਦੇ ਹੋ ਜੀ ਲਓ ਜੀ ਨਰਮਦਾ ਮੈਡਮ ਜੀ ਸਾਡੇ ਨੇ ਚਾਰਜਾ ਮੰਨੀਏ ਨਾ ਗੱਲ ਤਾਂ ਹੋ ਜਾਂਦੇ ਹੋ ਨਾਰਾਜ਼ ਆ ਨਰਮਦਾ ਮੈਡਮ ਜੀ ਸਾਡੇ ਨੇ ਚਾਰਜਾ ਮੰਨੀਏ ਨਾ ਗੱਲ ਤਾਂ ਹੋ ਜਾਂਦੇ ਹੋ ਨਾਰਾਜ਼ ਆ ਨੇਚਰ ਤਾਂ ਉਹਨਾਂ ਦਾ ਇਹ ਬਾਲਾ ਹੀ ਨਿਰਾਲਾ ਇਹੀ ਅੱਜ ਸਾਰਿਆਂ ਦਾ ਕਹਿਣਾ ਯਾਦ ਕਰੋਗੇ ਪਲੱਸ ਟੂ ਤੋਂ ਬਾਅਦ ਜਦੋਂ ਇਕੱਠੇ ਨਹੀਂ ਰਹਿਣਾ ਯਾਦ ਕਰੋਗੇ ਪਲੱਸ ਟੂ ਤੋਂ ਬਾਅਦ ਜਦੋਂ ਇਕੱਠੇ ਨਹੀਂ ਰਹਿਣਾ ਹੈਪੀ ਅਨਮੋਲ ਤਾਂ ਮਜ਼ਾਕ ਬੜੇ ਕਰਦੇ ਟੀਚਰ ਵੀ ਸਾਰੇ ਤੌਬਾ ਇਹਨਾਂ ਕੋਲੋਂ ਕਰਦੇ ਅਰਸ਼ ਤੇ ਪਰਮ ਲੜਾਕੀਆਂ ਨੇ ਬਾਲੀਆਂ ਨਾ ਚੁੱਪ ਕਰ ਇਹਨਾਂ ਨੇ ਵੀ ਬਹਿਣਾ ਯਾਦ ਕਰੋਗੇ ਪਲੱਸ ਟੂ ਤੋਂ ਬਾਅਦ ਜਦੋਂ ਇਕੱਠੇ ਨਹੀਂ ਰਹਿਣਾ ਚਾਰ ਪੰਜ ਬਣੇ ਹੋਏ ਕਲਾਸ 'ਚ ਗਰੁੱਪ ਜੀ ਕਲਾਸ ਵੈਸੇ ਕਦੇ ਸਾਡੀ ਘਰ ਦੀ ਨਹੀਂ ਚੁੱਪ ਜੀ ਹਾਂ ਇਹ ਤਾਂ ਵੈਸੇ ਚੰਗੀ ਗੱਲ ਹੈ ਮੁੰਡੇ ਚੁੱਪ ਕੁੜੀਆਂ ਤਾਂ ਖਾਸ ਕਰਕੇ ਹਨਾ ਇਹ ਕੁੜੀਆਂ ਲਈ ਵਰਡ ਹੋਣਾ ਵੈਸੇ ਰਵਨੀਤ ਖੁਸ਼ਮੀਤ ਅਰਸ਼ ਤੇ ਮਨਪ੍ਰੀਤ ਇਹਨਾਂ ਚਾਰਾਂ ਨੇ ਵੀ ਇਕੱਠਿਆਂ ਹੀ ਬਹਿਣਾ ਯਾਦ ਕਰੋਗੇ ਪਲੱਸ ਟੂ ਤੋਂ ਬਾਅਦ ਜਦੋਂ ਇਕੱਠੇ ਨਹੀਂ ਰਹਿਣਾ ਜਸਲੀਨ ਅਮਨ ਦੋਵੇਂ ਇਕੱਠਿਆਂ ਹੀ ਬਹਿੰਦੀਆਂ ਪਤਾ ਨਹੀਂ ਉਹ ਗੱਲਾਂ ਕੀ ਇਹ ਕਰਦੀਆਂ ਰਹਿੰਦੀਆਂ ਹੈਪੀ ਤੇ ਗਵੀਰ ਦੋਵੇਂ ਪੱਕੇ ਨੇ ਜਿਬੇਲੀ ਜਸਰਾਜ ਸੁਖਪ੍ਰੀਤ ਦੀ ਬਣੇ ਆ ਸਹੇਲੀ ਇਹਨਾਂ ਦੋਵਾਂ ਨੇ ਵੀ ਬਾਰੀ ਵਿੱਚ ਪੈਣਾ ਯਾਦ ਕਰੋਗੇ ਪਲੱਸ ਟੂ ਤੋਂ ਬਾਅਦ ਜਦੋਂ ਇਕੱਠੇ ਨਹੀਂ ਰਹਿਣਾ ਗੁਰਸ਼ਰਨ ਕਲਾਸ ਵਿੱਚ ਚੁੱਪ ਚੁੱਪ ਰਹਿੰਦਾ ਏ ਪਤਾ ਨਹੀਂ ਦਿਮਾਗ ਵਿੱਚ ਚੱਲਦਾ ਕੀ ਰਹਿੰਦਾ ਏ
ਪੜਾਈਆਂ ਵਿੱਚ ਟੌਪ ਵੈਸੇ ਫਤਿਹੀਆ ਕਰਦਾ ਹਰ ਮਨ ਸਾਰਾ ਦਿਨ ਰਹਿੰਦਾ ਏ ਜੀ ਪੜਦਾ ਨਾ ਇਹਨੇ ਬੋਲਣਾ ਨਾ ਕਦੇ ਕੁਝ ਕਹਿਣਾ ਯਾਦ ਕਰੋਗੇ ਪਲੱਸ ਟੂ ਤੋਂ ਬਾਅਦ ਜਦੋਂ ਇਕੱਠੇ ਨਹੀਂ ਰਹਿਣਾ ਯਾਦ ਕਰੋਗੇ ਪਲੱਸ ਟੂ ਤੋਂ ਬਾਅਦ ਜਦੋਂ ਇਕੱਠੇ ਨਹੀਂ ਰਹਿਣਾ ਖਤਮ ਹੋ ਗਿਆ ਮੈਨੂੰ ਲੱਗਿਆ ਸੀ ਕਿ ਅੱਜ ਪੂਰੇ ਸਕੂਲ ਦੇ ਬੱਚੇ ਗਣਾ ਕੇ ਭੈਣ ਜਾਊਗੀ ਐਂ ਨਹੀਂ ਜਾਂਦੀ ਅੱਜ ਹਨਾ ਮੁੰਡੇ ਦੀ ਸਮਾਈਲ ਬੜੀ ਘੈਂਟ ਹੈ ਵੈਸੇ ਹੈ ਨਾ ਕੀ ਨਾਮ ਆ ਤੁਹਾਡਾ ਤੇਜਵੀਰ ਤੇਜਵੀਰ ਹੱਸਦਾ ਰਹਿੰਦਾ ਅਸੀਂ ਸਾਰਾ ਦਿਨ ਘਰੇ ਵੀ ਹੱਸਦਾ ਰਹਿੰਦਾ ਜੋ ਮਰਜ਼ੀ ਆਪਾਂ ਸਮਾਈਲ ਰੱਖਣੀ ਹੈ ਮੂੰਹ 'ਤੇ ਅੱਛੀ ਗੱਲ ਹੱਸਣਾ ਚਾਹੀਦਾ ਹੱਸਣਾ ਖੂਨ ਵੱਧਦਾ ਹੈ ਨਾ ਸਿਹਤ ਵੈਸੇ ਤੇਰੀ ਮੇਰੇ ਵਾਂਗੂ ਹੀ ਹੈ ਪਤਾ ਨਹੀਂ ਵਧਿਆ ਕਿਉਂ ਨਹੀਂ ਕੀ ਚੱਕਰ ਰੀਜ਼ਨ ਕੀ ਹੈ ਬਸ ਆਹੀ ਟੈਨਸ਼ਨਾਂ ਜ਼ਿਆਦੀਆਂ ਕਾਹਦੀਆਂ ਟੈਨਸ਼ਨਾਂ ਪੜ੍ਹਾਈ ਦੀ ਮੈਨੂੰ ਪਤਾ ਸੀ ਨਾ ਪੜ੍ਹਾਈ ਦੀਆਂ ਟੈਨਸ਼ਨਾਂ ਕਹਿਣੀਆਂ ਕਾਹਦੀ ਨਹੀਂ ਟੈਨਸ਼ਨ ਹੈ ਕਿਹੜੇ ਸਬਜੈਕਟ ਦੀ ਟੈਨਸ਼ਨ ਆ ਤੁਹਾਨੂੰ ਨੋਨ ਮੈਡੀਕਲ ਜੀ ਮੈਥਸ ਸਾਰਿਆਂ ਦੀ ਹੈ ਸਾਰਿਆਂ ਦੀ ਟੈਨਸ਼ਨ ਹੈ ਸੋ ਸੋ ਹੈ ਕੰਮ ਪੜ੍ਹਾਈ 'ਚ ਜਾਂ ਮੇਰੇ ਵਾਂਗੂ ਹੁਸ਼ਿਆਰ ਹੋ ਬਸ ਜੀ ਮਸੋਸਿਆ ਜਾਈਏ ਹਾਂਜੀ ਮਸੋਸਿਆ ਜਾਈਆਂ ਆਹ ਵਰਡ ਬੜਾ ਸੁਣੋ ਨਾ ਮਸੋਸਿਆ ਜਾ ਬਾਕੀ ਤਾਂ ਗੱਲ ਠੀਕ ਹੈ ਮੁੰਡਾ ਗੱਲ ਕਰਨ ਵਾਲਾ ਇੱਦਾਂ ਦਾ ਜ਼ਰੂਰ ਕਰਦਾ ਹੈ ਨਾ ਵੀ ਨਾਲੇ ਨਾ ਕਹੀ ਜਾਂਦਾ ਵੀ ਨਹੀਂ ਪਤਾ ਨਾਲੇ ਨਹੀਂ ਪਤਾ ਤਾਂ ਨੱਚਿਓ ਕਦੀ ਕਿਸੇ ਵਿਆਹ 'ਤੇ ਭੂਤ ਭੰਗੜਾ ਭੂਤ ਭੰਗੜਾ ਆਉਂਦਾ ਉਹ ਕਿੱਦਾਂ ਦਾ ਹੁੰਦਾ ਉਹ ਬਸ ਜੀ ਡੈਪ ਹੋ ਜਿਵੇਂ ਆਉਂਦਾ ਜੀ ਜਿਵੇਂ ਆਉਂਦਾ ਲੱਗ ਪਓ ਦਿਖਾਏਗਾ ਇੱਕ ਵਾਰੀ ਕਰਕੇ ਇਹ ਨਹੀਂ ਜੀ ਕਿਉਂ ਰੈਡੀ ਹੋਰ ਠੀਕ ਠਾਕ ਹੋ ਕੀ ਨਾਮ ਤੁਹਾਡਾ ਵਰਿੰਦਰ ਵਰਿੰਦਰ ਸਿੰਘ ਪਿੰਡ 'ਚ ਕਦੀ ਲੜਾਈ ਸੁਣੀ ਹੈ ਦੋ ਜਨਾਨੀਆਂ ਦੀ ਜਾਂ ਬੁੜੀਆਂ ਦੀ ਆਪਸ 'ਚ ਲੜਦੀਆਂ ਦੇਖੀਆਂ ਕਦੀ ਦੇਖਿਆ ਨਹੀਂ ਸੁਣੀ ਤਾਂ ਵਾਹ ਸੁਣੀ ਦੇਖੀਆਂ ਨਹੀਂ ਤੇ ਸੁਣੀ ਵਾਹ ਵਾਰੀ ਹੈ ਸੁਣੀ ਕਿੱਥੋਂ ਹੈ ਜਦੋਂ ਲੜਦੀਆਂ ਕਿਤੇ ਕੰਧ ਹੋਲੇ ਹੋ ਜਾਂਦੇ ਹੋ ਨਹੀਂ ਜੀ ਕਿਸੇ ਮੁੰਡੇ ਵਗੈਰਾ ਤੋਂ ਮੁੰਡੇ ਕੀ ਦੱਸਦੇ ਵੀ ਕਿਵੇਂ ਲੜਦੀਆਂ ਬੁੜੀਆਂ ਦੱਸਿਆ ਨਹੀਂ ਹੁਣ ਜੇ ਇੱਦਾਂ ਦੱਸ ਦਿੰਦੇ ਲੜੇ ਸੀ ਅੱਛਾ ਅੱਜ ਲੜੇ ਸੀਗੇ ਖਾਸ ਗੱਲ ਦੱਸਦੇ ਨੇ ਵੀ ਕਿਉਂ ਲੜੇ ਸੀ ਕੀ ਹੋਇਆ ਸੀਗਾ ਸੋ ਤੁਸੀਂ ਇੰਜੋਏ ਕਰੋ ਜੀ ਆਪਣਾ ਫੇਵਰੇਟ ਸ਼ੋਅ ਗਲੋਬਲ ਐਡੂਕੇਅਰ ਪ੍ਰੈਜ਼ੈਂਸ ਮਸਤੀ ਕੈਂਪਸ ਦੀ ਮੈਂ ਪਹੁੰਚਿਆ ਜੀ ਗੁਰਤੇਗ ਬਹਾਦਰ ਪਬਲਿਕ ਸਕੂਲ ਮੈਮੋਣਾ ਸਾਧਕ ਦੇ ਵਿੱਚ ਤੁਸੀਂ ਕਿਤੇ ਜਾਣਾ ਮਿਲਦੇ ਹੋ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਸਤੀ ਕੈਂਪਸ ਦੀ ਗਲੋਬਲ ਐਡੂਕੇਅਰ ਸਪੈਸ਼ਲ ਕੈਬਨ ਸਪੀਕਿੰਗ ਰੋਜ਼ਾਨਾ ਦੀ ਪ੍ਰੈਕਟਿਸ ਵਾਸਤੇ ਫਰੈਸ਼ ਮਟੀਰੀਅਲ ਘਰ ਜਾ ਕੇ ਪ੍ਰੈਕਟਿਸ ਲਈ ਫਰੈਸ਼ ਮਟੀਰੀਅਲ ਇਮੀਗ੍ਰੇਸ਼ਨ ਸੇਵਾਵਾਂ ਆਈਲੈਟਸ ਦੌਰਾਨ ਕੰਡੀਸ਼ਨ ਆਫ ਲੈਟਰਸ ਮਾਲਵਾ ਜ਼ੋਨ ਦੀ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾ ਗਲੋਬਲ ਐਡੂਕੇਅਰ ਹਰਿੰਦਰਾ ਨਗਰ ਕੋਟਪੂਰਾ ਰੋਡ ਫਰੀਦਕੋਟ ਮੋਬਾਈਲ 98885-49094 Hello everyone, this is Kuldeep Singh Taliwal, Managing Director, Global Educare, IELTS and Visa Services, Faridkot. Saadi organization language proficiency courses like IELTS, PT, ona di training assi denne hai, and also we are dealing with the study visas, with the visitor visas of several countries like US, Canada, Australia, New Zealand. And here I'm going to put a quick flashlight on the way we do train our students. Basically IELTS te PT jede language proficiency courses hunde aa inna layi students nu train karde aa te bahut vakhre tareeke naal jehda sada padhaun da tareeka oh bahut unique hai te vakhra hai, and ehi reason hai ke sade results bahut extraordinary ਆਉਂਦੇ ਆ ਤੁਸੀਂ ਸਾਡੇ ਰਿਜ਼ਲਟ ਸਾਡੀਆਂ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਅਕਾਊਂਟਸ ਦੇ ਉੱਪਰ ਦੇਖ ਸਕਦੇ ਹੋ ਵੀ ਡੂ ਡਿਸਪਲੇ ਦੇਮ ਐਵਰੀ ਡੇ ਐਂਡ ਆਲਸੋ ਯੂ ਨੋ ਵੀ ਡੂ ਹੈਵ ਟੋਟਲੀ ਡਿਫਰੈਂਟ ਵੇ ਐਜ ਸਾਡੀਆਂ ਕਲਾਸਿਸ ਦੇ ਵਿੱਚ ਇਨਵਾਇਰਮੈਂਟ ਟੋਟਲੀ ਇੰਗਲਿਸ਼ ਹੈ ਵੀ ਡੋਂਟ ਅਲਾਓ ਆਰ ਸਟੂਡੈਂਟਸ ਐਂਡ ਟੀਚਰਸ ਟੂ ਸਪੀਕ ਇਨ ਪੰਜਾਬੀ ਔਰ ਐਨੀ ਅਦਰ ਲੈਂਗੁਏਜ ਅਸੈਪਟ ਇੰਗਲਿਸ਼ ਦਿਸ ਇਜ਼ ਦ ਰੀਜ਼ਨ ਦੈਟ ਆਰ ਸਟੂਡੈਂਟਸ ਦੇ ਡੂ ਅਚੀਵ ਸਕੋਰਸ ਇਨ ਵੈਰੀ ਆਈ ਕੈਨ ਸੇ ਬ੍ਰੈਥ ਟੇਕਿੰਗ ਰਿਜ਼ਲਟਸ ਦੇ ਆਰ ਗੈਟਿੰਗ ਐਂਡ ਆਲਸੋ ਸਾਡੀਆਂ ਅਸੀਂ ਫਰੀ ਡੈਮੋ ਕਲਾਸਿਸ ਦਿੰਦੇ ਹਾਂ ਸਟੂਡੈਂਟਸ ਨੂੰ ਉਹਦੇ ਲਈ ਤੁਸੀਂ 9 to 4 ਮੰਡੇ ਟੂ ਥਰਸਡੇ ਐਨੀ ਡੇ ਆ ਕੇ ਤੁਸੀਂ ਡੈਮੋ ਕਲਾਸ ਲੈ ਸਕਦੇ ਹੋ 2 ਦਿਨਾਂ ਦੀ ਐਂਡ ਉਸ ਤੋਂ ਬਾਅਦ ਤੁਸੀਂ ਚੂਜ਼ ਕਰ ਸਕਦੇ ਹੋ ਵੈਦਰ ਅਸੀਂ ਤੁਹਾਨੂੰ ਅਸੀਂ ਕੈਪੇਬਲ ਇੰਨੇ ਕੁ ਹੈਗੇ ਹਾਂ ਤੁਹਾਨੂੰ ਸਕੋਰਸ ਦਿਵਾਉਣ ਦੇ ਜੋ ਵੀ ਤੁਹਾਡਾ ਟਾਰਗੇਟ ਹੈ ਅਸੀਂ ਸਟੂਡੈਂਟਸ ਨੂੰ ਫਰੈਸ਼ ਮਟੀਰੀਅਲਸ ਦਿੰਦੇ ਹਾਂ ਹਰ ਰੋਜ਼ ਪ੍ਰੈਕਟਿਸ ਲਈ ਉਹ ਮਟੀਰੀਅਲ ਸਟੂਡੈਂਟਸ ਘਰੇ ਲੈ ਕੇ ਜਾ ਸਕਦੇ ਆ ਲੇਟਰ ਔਨ ਨੈਕਸਟ ਡੇ ਆਉਂਦੇ ਫਿਰ ਫਰੈਸ਼ ਮਟੀਰੀਅਲਸ ਦਿੰਦੇ ਆ ਕਲੀਅਰ ਐਂਡ ਅਸੀਂ ਮੌਕ ਟੈਸਟ ਲੈਂਦੇ ਹਾਂ ਹਰ ਸੈਟਰਡੇ ਨੂੰ ਸਾਡੇ ਮੌਕ ਟੈਸਟ ਵਿੱਚ ਸਟੂਡੈਂਟ ਦਾ ਜੋ ਵੀ ਵੱਧ ਤੋਂ ਵੱਧ ਸਕੋਰ ਆ ਜਾਵੇ ਸਾਡੀ ਕਮਿਟਮੈਂਟ ਆ ਸਟੂਡੈਂਟਸ ਦੇ ਨਾਲ ਅਸੀਂ ਉਹ ਸਕੋਰ ਤੋਂ ਤੁਹਾਡਾ 0.5 ਬੈਂਡ ਵੀ ਨਹੀਂ ਘਟਣ ਦਿੰਦੇ ਵੱਧ ਹੀ ਲੈ ਕੇ ਦੇਵਾਂਗੇ ਐਂਡ ਉਸ ਤੋਂ ਇਲਾਵਾ ਸਾਡੇ ਜਿੰਨੇ ਵੀ ਟ੍ਰੇਨਰਸ ਹੈ ਉਹ 8 ਬੈਂਡ ਤੋਂ ਉੱਪਰ ਹੈ ਐਂਡ ਸਾਰੇ ਟ੍ਰੇਨਰਸ ਦੀਆਂ ਸਾਡੇ ਦੀਆਂ IDP ਅਤੇ ਬ੍ਰਿਟਿਸ਼ ਕਾਊਂਸਲ ਤੋਂ ਟ੍ਰੇਨਰਸ ਬਣਨ ਲਈ ਟ੍ਰੇਨਿੰਗਸ ਹੋਈਆਂ ਐਂਡ ਇਹ ਰੀਜ਼ਨ ਹੈ ਕਿ ਉਹ ਬਹੁਤ ਵਧੀਆ ਟ੍ਰੇਨਿੰਗਸ ਦੇ ਰਹੇ
ਰਹੇ ਆ ਐਂਡ ਰਿਜ਼ਲਟਸ ਸਾਰੇ ਸੈਟਿਸਫੈਕਟਰੀ ਆ ਰਹੇ ਆ। ਹੁਣ ਮੈਂ ਵੀਜ਼ਾਸ ਦੀ ਗੱਲ ਕਰਦਾ। ਵੀਜ਼ਾਸ ਵਿੱਚ ਅਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਇਹਨਾਂ ਕੰਟਰੀਜ਼ ਦੇ ਅਸੀਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾਸ ਲਵਾ ਰਹੇ ਹਾਂ ਐਂਡ ਜਿਹੜੀਆਂ ਸਾਡੀਆਂ ਹੁਣ ਤੱਕ ਦੀਆਂ ਅਚੀਵਮੈਂਟਸ ਆ ਉਹ ਸਾਡੇ ਲਾਈਕ ਯੂ ਨੋ ਸੋਸ਼ਲ ਨੈਟਵਰਕਿੰਗ ਵੈਬਸਾਈਟਸ ਦੇ ਉੱਪਰ ਡਿਸਪਲੇ ਆ। ਤੁਸੀਂ ਪਹਿਲਾਂ ਉਹ ਅਚੀਵਮੈਂਟਸ, ਉਹ ਵੀਜ਼ਾ ਸਾਡੇ ਦੇਖੋ, ਉਸ ਤੋਂ ਬਾਅਦ ਤੁਹਾਨੂੰ ਡੈਫੀਨੇਟਲੀ ਸੈਟਿਸਫੈਕਸ਼ਨ ਹੋਊਗੀ ਐਂਡ ਯੂ ਵਿਲ ਡੈਫੀਨੇਟਲੀ ਥਿੰਕ ਟੂ ਅਪਲਾਈ ਔਰ ਐਪਲੀਕੇਸ਼ਨ ਵੀਜ਼ਾ ਫਰੋਮ ਲਾਈਕ ਫਰੋਮ ਅਸ। ਐਂਡ ਆਲਸੋ ਸਾਡੇ ਕੋਲ ਕੁਛ ਜਿਵੇਂ ਆਪਸ਼ਨਸ ਹੈਗੀਆਂ ਸਟੂਡੈਂਟਸ ਦੇ ਲਈ, ਜਿਵੇਂ ਆਸਟ੍ਰੇਲੀਆ ਲਈ ਤੁਸੀਂ ਆਪਣੇ ਵੀਜ਼ਾਸ ਲਾਈਕ ਆਪਣੇ ਵੀਜ਼ਾ ਆਉਣ ਤੋਂ ਬਾਅਦ ਸਾਨੂੰ ਸਾਰੀ ਫੀਸ ਦੇਣੀ ਹੈ। ਪਹਿਲਾਂ ਤੁਸੀਂ ਸਾਨੂੰ ਸਿਰਫ ਅੰਬੈਸੀ ਫੀਸ ਦੇਣੀ ਹੈ, ਬਾਕੀ ਸਾਰੀ ਫੀਸ ਅਸੀਂ ਬਾਅਦ 'ਚ ਚਾਰਜ ਕਰਦੇ ਹਾਂ। ਸੋ ਆਈ ਵੁੱਡ ਰਿਕੁਐਸਟ ਈਚ ਐਂਡ ਐਵਰੀ ਮਾਈ ਵਿਊਵਰ ਦੈਟ ਸ਼ੁੱਡ ਵਿਜ਼ਿਟ ਅਸ ਵੰਸ, ਗੈਟ ਦ ਕਾਊਂਸਲਿੰਗ ਔਨ ਦ ਟਾਈਪ ਆਫ ਵੀਜ਼ਾ ਯੂ ਆਰ ਗੋਇੰਗ ਟੂ ਅਪਲਾਈ ਐਂਡ ਗਿਵ ਅਸ ਐਨ ਅਪਰਚੁਨਿਟੀ, ਗਿਵ ਅਸ ਅ ਚਾਂਸ ਵੰਸ, ਵੀ ਵਿਲ ਡੈਫੀਨੇਟਲੀ ਫੁਲਫਿਲ ਯੂਅਰ ਰਿਕੁਆਇਰਮੈਂਟਸ। ਥੈਂਕ ਯੂ ਸੋ ਮਚ। ਮਸਤੀ ਕੈਂਪਸ ਦੀ ਵੈਲਕਮ ਬੈਕ ਤੁਹਾਡਾ ਆਪਣਾ ਫੇਵਰੇਟ ਸ਼ੋਅ ਗਲੋਬਲ ਐਡੂਕੇਅਰ ਪ੍ਰੈਜੈਂਟਸ ਮਸਤੀ ਕੈਂਪਸ ਦੀ। ਮੈਂ ਪਹੁੰਚਿਆ ਜੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮੈਮੋਆਣਾ ਦੇ ਵਿੱਚ, ਆਓ ਕਰਦੇ ਪ੍ਰੋਗਰਾਮ ਦੇ ਅੱਗੇ ਸ਼ੁਰੂਆਤ। ਠੀਕ ਠਾਕ ਹੋ ਜੀ? ਕੀ ਨਾਮ ਤੁਹਾਡਾ? ਖੁਸ਼ਮੀਤ। ਖੁਸ਼ਮੀਤ, ਤੁਹਾਡਾ ਮੈਂ ਸੁਣਨ ਦਾ ਗਰੁੱਪ ਬੜਾ ਮਸ਼ਹੂਰ ਹੈ ਸਕੂਲ ਦੇ ਵਿੱਚ, ਇੰਨਾ ਡੇਂਜਰਸ ਹੈ? ਹਾਂਜੀ। ਫਿਰ ਮਸ਼ਹੂਰ ਕਿਉਂ ਹੈ? ਅੱਛਾ, ਕੋਈ ਰੀਜ਼ਨ ਹੁੰਦਾ ਨਾ ਕਿਸੇ ਕੰਮ ਪਿੱਛੇ ਕੋਈ ਨਾ ਕੋਈ ਬੰਦਾ ਫੇਮਸ ਹੁੰਦਾ। ਤੁਹਾਡਾ ਫੇਵਰੇਟ ਸਿੰਗਰ ਕਿਹੜਾ? ਗੁਰਨਾਮ ਭੁੱਲਰ। ਗੁਰਨਾਮ ਭੁੱਲਰ, ਗਾਣਾ ਆਉਂਦਾ ਗੁਰਨਾਮ ਭੁੱਲਰ ਦਾ ਕੋਈ? ਆਉਂਦਾ ਪਰ ਮੇਰੀ ਆਵਾਜ਼ ਨਹੀਂ ਵਧੀਆ। ਆਵਾਜ਼ ਨਹੀਂ ਵਧੀਆ? ਆਵਾਜ਼ ਤਾਂ ਮੇਰੀ ਬੜੀ ਚੰਗੀ, ਮੈਂ ਵੀ ਬੋਲੀ ਜਾਂਦਾ ਕਦੋਂ ਦਾ। ਸੁਣਾਓ ਜਿਹੜਾ ਜਿੰਨਾ ਕਹਾਉਂਦਾ ਉਹਨਾਂ ਕੀ ਸੁਣਾ ਦਿਓ। ਕੌਣ ਆ ਕੇ ਆਹ ਵਾਲੀ ਉਹ ਹੱਥ ਆਹ ਦੇ ਵਿੱਚ ਦੋ ਆ ਰਹੀਆਂ ਸੀ ਨਾ? ਚਲੋ ਆ ਜਾ ਤੁਸੀਂ ਸੁਣਾਓ, ਆ ਜਾਓ ਅੱਗੇ ਆਓ, ਸੁਣਾਓ। ਗਲੀਆਂ ਦੇ ਵਿੱਚ ਹਮਰ ਕੋਕ ਦੀ ਅਸਲੇ ਪਾਣ ਪਟਾਕੇ ਬਈ, ਬਾਂਸਰਾਂ ਵਰਗੇ ਕਿੱਥੇ ਦੱਬਦੇ ਵੱਡਿਆਂ ਘਰਾਂ ਦੇ ਕਾਕੇ ਬਈ, ਚੜਦੇ ਸਿਆਲ ਦੀ ਡੇਟ ਮੈਰਿਜ ਦੀ ਕਾੜਾਂ ਉੱਤੇ ਛਪਾ ਦਾਂਗੇ, ਸੁਰਖ ਬੁੱਲਾਂ ਚੋਂ ਹਾਂ ਜੇ ਕਰਦੇ ਸਾਰੇ ਸ਼ੌਂਕ ਪੁਗਾ ਦਾਂਗੇ, ਤੇਰੇ ਗੁੱਟ ਨੂੰ ਕੜਾ ਸਰਦਾਰ ਨੀਏ ਡਾਇਮੰਡ ਦੀ ਝਾਂਜਰ ਪਾ ਦਾਂਗੇ, ਗੁੱਟ ਨੂੰ ਕੜਾ ਸਰਦਾਰ ਨੀਏ ਡਾਇਮੰਡ ਦੀ ਝਾਂਜਰ ਪਾ ਦਾਂਗੇ। ਬਹੁਤ ਸੋਹਣਾ। ਇਹ ਤੁਸੀਂ ਨਾਲ ਸਿੰਗਰ ਰੱਖਿਆ ਵੀ ਮੈਂ ਗੱਲ ਕੋਈ ਆਪ ਕਹਿਣੀ, ਮੇਰਾ ਜਵਾਬ ਇਹ ਦਊਗਾ ਜੀ, ਪੀਏ ਹੈ ਨਾ, ਜਿਵੇਂ ਪੀਏ ਹੁੰਦੇ ਆ ਮਿਨਿਸਟਰ ਦੇ, ਉਹ ਸਿਸਟਮ ਹੈ ਤੁਹਾਡਾ, ਹੈ ਨਾ। ਅੱਛਾ, ਫੱਫੇ ਕੁੱਟਣ ਦੀ ਇੰਗਲਿਸ਼ ਕੀ ਹੁੰਦੀ ਹੈ? ਇੰਗਲਿਸ਼ ਨਹੀਂ ਪਤਾ ਸਰ। ਉਂਝ ਪਤਾ ਕੀ ਹੁੰਦੀ ਹੈ? ਸਰ ਮੇਨੇ ਮਾਰਨੇ। ਅੱਛਾ, ਜਿਹੜੇ ਮੇਨੇ ਮਾਰਨੇ ਮਤਲਬ? ਸਰ ਤਾਨੇ ਦੇਣੇ। ਤਾਨੇ ਦੇਣੇ ਉਹਨੂੰ ਫੱਫੇ ਕੁੱਟਣੀ ਕਹਿੰਦੇ ਆ? ਹਾਂਜੀ, ਚੁਗਲਖੋਰ ਨੂੰ ਕਹਿੰਦੇ ਆ, ਸ਼ਾਇਦ ਨਹੀਂ ਸੱਚੀ ਉਹਨੂੰ ਕਹਿੰਦੇ ਆ, ਹਾਂ ਚੁਗਲਖੋਰ। ਇਹਦੀ ਇੰਗਲਿਸ਼ ਪਤਾ ਕੀ ਹੁੰਦੀ ਹੈ? ਨਹੀਂ ਪਤਾ, ਹੈ ਨਾ। ਹਾਂਜੀ, ਨਹੀਂ ਨਹੀਂ ਉਹ ਕੁਛ ਹੋਰ ਹੁੰਦਾ, ਉਹ ਤਾਂ ਚੁਗਲ ਖੋਰ ਹੀ ਹੋ ਗਿਆ ਨਾ। ਹਾਂਜੀ, ਠੀਕ ਠਾਕ ਹੋ ਜੀ? ਗਾਣਾ ਸੁਣਾਓਗੇ? ਸੁਣਾਓ ਫਿਰ, ਮਾਈਕ ਤੁਸੀਂ ਹੋਲਡ ਕਰੋ, ਮੈਂ ਹੋਲਡ ਕਰਾਂ। ਹਾਂ, ਬਹੁਤ। ਪੂਰੇ ਜੋਬਨ ਤੇ ਠੰਡ ਸੀ, ਮਹੀਨਾ ਸੀ ਵੇ ਪੋਦਾ, ਤੁਰ ਕੇ ਆ ਜਾਂਦੀ ਸੀ ਮੈਂ ਪਿੰਡਾਂ ਕਈ ਕੋਹਦਾ, ਤੇਰੇ ਕਾਲਜੇ ਚ ਖਿੱਚ ਜਹੀ ਪਾਉਂਦੇ ਆ ਕਿ ਨਹੀਂ ਟਾਈਮ ਇਕੱਠਿਆਂ ਜੋ ਕੀਮਤੀ ਬਤਾਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰਲਾਂ ਬੁੱਕਲ, ਜਦੋਂ ਸੋਹਣਿਆ ਯਾਦ ਤੇਰੀ ਆਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰਲਾਂ ਬੁੱਕਲ, ਜਦੋਂ ਸੋਹਣਿਆ ਯਾਦ ਤੇਰੀ ਆਏ, ਕਮੀ ਮਹਿਸੂਸ ਮੇਰੀ ਹੁੰਦੀ ਆ ਕਿ ਨਹੀਂ ਦੱਸ ਦਿਲ ਨਾ ਸਲਾਹ ਕਰਕੇ, ਅੱਜ ਵੀ ਕੋਈ ਹੱਕ ਜਾਂ ਜਤਾਉਂਦੀ ਆ ਕਿ ਨਹੀਂ ਬਿਨਾਂ ਗੱਲੋਂ ਲਾੜੇ ਲੜਕੇ, ਹੁਣ ਕਿਹੜੀ ਮਾਰਦੀ ਹੈ ਰੋਬ ਤੇਰੇ ਤੇ ਲਾਕੀ ਉੱਤੇ ਹੱਥ ਧਰ ਕੇ, ਅੱਧੀ ਅੱਧੀ ਰਾਤ ਨੂੰ ਸਤਾਵੇ ਦੱਸ ਕੌਣ ਮੇਰੇ ਵਾਂਗੂ ਫੋਨ ਕਰ ਕਰਕੇ, ਨਿਆਣਿਆਂ ਦੇ ਵਾਂਗੂ ਜਿਦ ਕਰਦੇ ਨੂੰ ਤੈਨੂੰ ਕਿਹੜਾ ਗੱਲ ਨਾਲ ਲਾ ਕੇ ਸਮਝਾਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰਲਾਂ ਬੁੱਕਲ, ਜਦੋਂ ਸੋਹਣਿਆ ਯਾਦ ਤੇਰੀ ਆਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰਲਾਂ ਬੁੱਕਲ, ਜਦੋਂ ਸੋਹਣਿਆ ਯਾਦ ਤੇਰੀ ਆਏ, ਅੱਜ ਵੀ ਜ਼ਿਕਰ ਤੇਰਾ ਹੁੰਦਾ ਲਾਜ਼ਮੀ ਜਦੋਂ ਵੀ ਸਹੇਲੀਆਂ 'ਚ ਬਹਿੰਦੀਆਂ, ਤੇਰੇ ਬਰਥਡੇ 'ਤੇ ਖੁਦ ਕੇਕ ਕੱਟ ਕੇ ਖੁਦ ਨੂੰ ਮੈਂ ਵਿਸ਼ ਕਰ ਲੈਂਦੀ ਹਾਂ, ਮਿਲਦੇ ਸੀ ਜਿਹੜੇ ਵੀ ਕਲਾਸਰੂਮ 'ਚ ਉਹਨੂੰ ਚੇਤੇ ਕਰ ਰੋ ਪੈਂਦੀ ਹਾਂ, ਹੋ ਸਕਦਾ ਤਾਂ ਜ਼ਿੰਦਗੀ 'ਚ ਆ ਜਾ ਮੁੜ ਕੇ ਵਾਸਤਾ ਜਾ ਪਾ ਕੇ ਤੈਨੂੰ ਕਹਿੰਦੀ ਹਾਂ, ਅੱਜ ਵੀ ਰਪੀੜੀ ਉੱਤੇ ਗਾਣੇ ਸੁਣਦੀ ਤੂੰ ਜਿਹੜੇ ਫੇਅਰਵੈਲ ਪਾਰਟੀ 'ਤੇ ਗਾਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰਲਾਂ ਬੁੱਕਲ, ਜਦੋਂ ਸੋਹਣਿਆ ਯਾਦ ਤੇਰੀ ਆਏ,
ਤੇਰੀ ਦਿੱਤੀ ਹੀ ਫੁਲਕਾਰੀ ਦੀ ਮੈਂ ਮਾਰਲਾ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ। ਬਹੁਤ ਸੋਹਣਾ, ਥੈਂਕ ਯੂ ਸੋ ਮਚ, ਥੈਂਕ ਯੂ। ਖੜ ਜਾਓ, ਤੁਹਾਨੂੰ ਪਿੰਡ ਤੋਂ ਬਿਲੋਂਗ ਕਰਦਾ, ਤੁਹਾਨੂੰ ਫੱਫੇ ਕੁੱਟਣੀਆਂ ਬਾਰੇ ਪਤਾ ਹੋਊਗਾ। ਪਤਾ ਕਦੀ ਸੁਣਿਆ ਮੰਮੀ ਹੁਣ ਲੜਦੀਆਂ ਆਪਸ ਦੇ ਵਿੱਚ? ਕੌਣ ਕੌਣ ਲੜਦੇ ਨੇ ਮੰਮੀ ਨਾਲ? ਸਾਰੇ ਲੜ ਪੈਂਦੇ ਮੰਮੀ ਨਾਲ? ਮੰਮੀ ਨਾਲ ਕੀ ਦੁਸ਼ਮਣੀ ਤੁਹਾਡੀ? ਵੀ ਸਾਰੇ ਲੜਨ ਲੱਗ ਜਾਂਦੇ ਹੋ? ਮੰਮੀ ਥੋੜੀ ਲੜਾਕੀ। ਅੱਛਾ ਮੰਮੀ ਲੜਾਕੀ ਹੈ, ਸਾਰਾ ਵਾਲਾ ਬਲੇਮ ਮੰਮੀ ਨੂੰ ਦੇਦਾ। ਮੰਮੀ ਲੜਾਕੀ ਇਹਨਾਂ ਦੀ, ਮੰਮੀ ਬਦਲ ਦਈਏ ਲੜਾਕੀ। ਮੰਮੀ ਡੈਡੀ ਨੂੰ ਕਿਹਾ ਮੰਮੀ ਬਦਲ ਦਿਓ, ਮੰਮੀ ਬਹੁਤ ਲੜਾਕੀ ਹੈ। ਚੰਗੀ ਮੰਮੀ ਲੈ ਕੇ ਆਉਣੀ ਹੈ ਕਿ ਨਹੀਂ ਬਦਲਣੀ? ਨਾਲੇ ਕਿਹਨੂੰ ਲੜਾਕੀ ਹੈ, ਪਿਆਰ ਕਿੰਨਾ ਕਰਦੀ ਮੰਮੀ? ਬਹੁਤ ਕਰਦੀ ਮੰਮੀ। ਲੜਦੀ ਕਿਹਦੇ ਨਾਲ ਜ਼ਿਆਦਾ ਵੈਸੇ ਘਰ ਦੇ ਵਿੱਚ? ਸਾਰੇ ਨਾਲ ਹੀ ਲੜਦੇ। ਤੁਹਾਡੇ ਨਾਲ ਕਿੰਨਾ ਕੁ ਲੜਦੇ ਆ? ਨਹੀਂ ਮੇਰੇ ਨਾਲ। ਤੁਹਾਡੇ ਨਾਲ ਨਹੀਂ ਲੜਦੇ? ਫਿਰ ਤੁਸੀਂ ਕਿਉਂ ਲੜਾਕੀ ਕਹਿਤਾ? ਬਾਕੀ ਇਹ ਨਾਲ ਲੜਦੇ। ਬਾਕੀ ਭਰਾ ਨਾਲ? ਨਹੀਂ ਭਰਾ ਨਾਲ। ਭਰਾ ਨਾਲ ਵੀ ਲੜਦੇ? ਡੈਡੀ ਨਾਲ? ਉਹਦੇ ਨਾਲ ਤਾਂ ਹੱਕ ਬਣਦਾ ਨਾ, ਉੱਥੇ ਤਾਂ ਲੜਦਾ ਹੀ ਹੈ ਨਾ, ਉੱਥੇ ਤਾਂ ਲੜਾਈ ਬਿਨਾਂ ਪਿਆਰ ਹੀ ਹੈ ਨਹੀਂ। ਮੰਮੀ ਪਹਿਲਾਂ ਲੜਦੀ ਕਿ ਡੈਡੀ ਪਹਿਲਾਂ ਲੜਦੇ ਆ? ਮੰਮੀ ਮੰਮੀ ਕਿਹੜੀ ਗੱਲ 'ਤੇ ਪਹਿਲਾਂ ਲੜਦੇ ਆ? ਹਰ ਇੱਕ ਗੱਲ 'ਤੇ ਜਿੱਦੀ ਜਿੱਦਾਂ ਲੱਗ ਜਾਂਦੇ ਆ ਜੀ। ਮਾਣ ਕੇ ਲਓ ਡੈਡੀ ਬਾਹਰੋਂ ਆਇਆ ਘਰੇ ਅਤੇ ਆਉਂਦੇ ਸ਼ੁਰੂ ਹੋ ਜਾਂਦੇ ਆ, ਕਿੱਧਰ ਗਏ ਸੀ, ਕਿੱਧਰ ਮੂੰਹ ਚੱਕਿਆ, ਐਂ ਕਹਿੰਦੇ ਨਾ ਵੀ ਕਿੱਧਰ ਮੂੰਹ ਚੱਕ ਕੇ ਤੁਰੇ ਹੋਣੇ ਹੋ। ਡੈਡੀ ਕੀ ਕਹਿੰਦੇ ਫਿਰ ਅੱਗੋਂ? ਡੈਡੀ ਚੁੱਪ ਕਰ ਜਾਂਦੇ। ਹਾਏ ਵਿਚਾਰੇ, ਡੈਡੀ ਕਿੰਨੇ ਚੰਗੇ ਨੇ ਵਿਚਾਰੇ, ਸਾਰੇ ਚੁੱਪ ਕਰ ਜਾਂਦੇ ਆ। ਹਾਂਜੀ ਪਤਾ ਹੁੰਦਾ ਸ਼ਾਮ ਨੂੰ ਰੋਟੀਆਂ ਨਹੀਂ ਮਿਲਣੀਆਂ, ਰੋਟੀਆਂ ਨਹੀਂ ਮਿਲੀਆਂ ਤਾਂ ਚੁੱਪ ਕਰ ਜਾਂਦੇ ਆ। ਲੈ ਆਹ ਵੀ ਰੀਜ਼ਨ ਮੇਨ ਹੈ ਵੈਸੇ ਵੀ ਰੋਟੀ ਦਾ, ਹਨਾ? ਰੋਟੀ ਤੋਂ ਬਿਨਾਂ ਤੁਹਾਡੇ ਮੰਮੀ ਡੈਡੀ ਲੜਦੇ ਆਪਸ 'ਚ? ਬੜੇ ਯਾਰੀ, ਬੜੀ ਵਾਰ ਲੜਦੇ ਆ। ਫਿਰ ਤੁਸੀਂ ਕਦੀ ਛਡਾਇਆ ਵੀ ਚੁੱਪ ਕਰਾਇਆ ਕਦੀ? ਲੜ ਪੈਂਦੇ, ਮੈਂ ਚੁੱਪ ਕਰਕੇ ਬੈਠ ਰਹੇ ਨਾ, ਆਪੇ ਲੜ ਲੜ ਕੇ ਆਪੇ ਹਟ ਜਾਂਦੇ ਜਦੋਂ ਥੱਕ ਜਾਂਦੇ ਆ। ਲੜਾਈ ਕਿਹੜੀ ਗੱਲ 'ਤੇ ਜ਼ਿਆਦਾ ਹੁੰਦੀ ਵੈਸੇ? ਵੈਸੇ ਆਹੀ ਵੀ ਤੁਸੀਂ ਰੋਕਦੇ ਨਹੀਂ ਉਹਨੇ ਬਾਹਰ ਅੰਦਰ ਜਾਂਦਾ। ਹਾਂ ਅਰੇ ਇਹ ਤਾਂ ਗੱਲ ਸੱਚੀ ਹੈ ਵੀ ਤੂੰ ਬਾਹਰ ਅੰਦਰ ਕਿੱਧਰ ਜਾਂਦਾ? ਪਹਿਲਾਂ ਤਾਂ ਤੂੰ ਦੱਸ ਰਹੇ ਫਿਰਦੇ ਰਹਿੰਦੇ ਸਰ, ਤੂੰ ਫੰਡਾ ਕਲੀਅਰ ਕਰ, ਬਾਹਰ ਅੰਦਰ ਕਿੱਥੇ? ਬਾਹਰ ਅੰਦਰ ਦਾ ਮਤਲਬ ਹੁਣ ਤੁਹਾਨੂੰ ਕੀ ਦੱਸੀਏ ਸਰ? ਉਹੀ ਮਤਲਬ ਜੋ ਦੱਸਣਾ ਚਾਹੁੰਦੇ ਉਹੀ ਦੱਸੋ, ਬਾਹਰ ਅੰਦਰ ਕਿੱਥੇ? ਤੋ ਰਹਿਣ ਦੋ, ਕੀ ਦੱਸਣਾ? ਨਹੀਂ ਅੱਜ ਦੱਸ, ਮੈਂ ਪੁੱਛ ਕੇ ਜਾਣਾ। ਤੋ ਖੜੇ ਰਹਿਣੇ ਫਿਰ ਧੁੱਪ ਵਾਵਾ ਅੱਜ ਥੰਨੇ, ਮੈਨੂੰ ਵੈਸੇ ਫੀਵਰ ਆ, ਮੈਨੂੰ ਤਾਂ ਅੱਛੀ ਲੱਗ ਰਹੀ ਧੁੱਪ ਅੱਜ। ਆਹ ਕੁੜੀ ਨਾ ਹੱਸੀ ਜਾਂਦੀ, ਮੈਂ ਕਦੋਂ ਦਾ ਨੋਟਿਸ ਕਰੀ ਜਾਂਦਾ, ਇਕੱਲੀ ਖੜੀ ਹੱਸੀ ਜਾਂਦੀ ਹੈ, ਤੁਹਾਨੂੰ ਇੰਨਾ ਕਮਾਸਾ ਆਈ ਜਾਂਦਾ? ਨਹੀਂ ਕੋਈ ਰੀਜ਼ਨ ਹੋਣਾ ਚਾਹੀਦਾ ਨਾ, ਤੁਸੀਂ ਬਹੁਤ ਟਾਈਮ ਨਾਲ ਦੇਖ ਰਹੇ ਹੋ, ਹੱਸੀ ਜਾ ਰਹੇ ਹੋ, ਹੱਸੀ ਜਾ ਰਹੇ ਹੋ, ਕਦਾ ਹੱਸਾ ਰਿਹਾ? ਕਦਾ ਹੱਸਾ ਰਿਹਾ? ਝੁੰਗੇ ਨੂੰ ਇੰਗਲਿਸ਼ ਕੀ ਕਹਿੰਦੇ ਆ? ਨਹੀਂ ਪਤਾ ਵੀ ਕੀ ਹੋ ਗਿਆ, ਲੜ ਕੇ ਪਈਆਂ ਤੁਸੀਂ ਆਪਸ 'ਚ, ਕੀ ਗੱਲ ਹੋ ਗਈ? ਅੱਛਾ ਤੁਸੀਂ ਕੁਛ ਕਹਿ ਰਹੇ ਸੀ ਉਹਨਾਂ ਨੂੰ, ਕੀ ਕਹਿ ਰਹੇ ਸੀਗੇ? ਨਹੀਂ ਸਰ ਇਸ ਤਾਂ ਕੁਛ ਨਹੀਂ ਗਿਆ। ਅੱਛਾ ਕੁਛ ਨਹੀਂ ਗਿਆ, ਆ ਦੇ ਕੁੜੀ ਧੱਕੇ ਮਾਰੀ ਜਾਂਦੀ, ਦੱਸ ਇੱਧਰ ਹੋਇਓ ਮਾੜਾ, ਤੁਸੀਂ ਕੌਣ ਤੱਕ ਤੁਹਾਨੂੰ ਧੱਕੇ ਕੌਣ ਮਾਰ ਰਿਹਾ? ਇਹ ਧੱਕੇ ਮਾਰ ਰਹੀ ਹੈ, ਇੱਧਰ ਹੋਇਓ ਤੁਸੀਂ ਥੋੜ੍ਹਾ ਜਿਹਾ ਉਰੇ ਆ, ਇੱਧਰ ਆ। ਇਹ ਵੈਸੇ ਕਹਿੰਦੇ ਜਿੰਨੇ ਨਿੱਕੇ ਹੁੰਦੇ ਉਹਨੇ ਤਿੱਖੇ ਹੁੰਦੇ ਆ, ਤੁਸੀਂ ਧੱਕੇ ਕਿਉਂ ਮਾਰ ਰਹੇ ਉਹਨਾਂ ਨੂੰ? ਮੈਂ ਆਪ ਦੇਖਿਆ ਤੁਸੀਂ ਧੱਕਾ ਮਾਰਿਆ ਉਹਨੂੰ, ਮੈਨੂੰ ਪਿੱਛੋਂ ਨੇ ਧੱਕਾ, ਪਿੱਛੋਂ ਉਹਨੂੰ ਧੱਕਾ ਮਾਰਿਆ, ਉਹਨੂੰ ਹੁਣ ਪਿੱਛੋਂ ਹਵਾ ਨੇ ਧੱਕਾ ਮਾਰਤਾ। ਬਾਬੂਲਾ ਚਿੱਟੀਆਂ ਚਿੱਟੀਆਂ ਕੂੰਜਾਂ ਕਿਹੜੇ ਦੇਸ਼ ਤੋਂ ਉੱਡਦੀਆਂ ਆ? ਬਾਬੂਲਾ ਚਿੱਟੀਆਂ ਚਿੱਟੀਆਂ ਕੂੰਜਾਂ ਕਿਹੜੇ ਦੇਸ਼ ਤੋਂ ਉੱਡਦੀਆਂ ਆ? ਬਾਬੁਲ ਸਾਡਾ ਦੂਰ ਵਿਆਹਿਆ ਕੇ ਦੂਨ ਵਿਛੋੜਾ ਪਾਇਆ? ਬਾਬੂਲਾ ਚਿੱਟੀਆਂ ਚਿੱਟੀਆਂ ਕੂੰਜਾਂ ਕਿਹੜੇ ਦੇਸ਼ ਤੋਂ ਉੱਡਦੀਆਂ ਆ? ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗੋਰੀ ਦੀਆਂ ਗਲੀ ਗਲੀ ਡੰਡ ਪਾਉਂਦੀਆਂ ਗਈਆਂ, ਗੋਰੀ ਦੀਆਂ ਗੰਗਲਾ ਦੁਪੱਟਾ ਮੇਰਾ ਮਲ ਮਲ ਦਾ, ਦਿੱਲੀ ਉੱਤੇ ਕਿਸੇ ਦਾ ਨੀ ਜ਼ੋਰ ਚੱਲਦਾ, ਆਸ਼ਕਾਂ ਦੇ ਦਿਲ ਤੜ ਪਾਉਂਦੀਆਂ ਗਈਆਂ, ਗੋਰੀ ਦੀਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗੋਰੀ ਦੀਆਂ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਉਂਦੀ ਆ, ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਉਂਦੀ ਆ, ਹਾਏ ਨੀ ਮਾਏ ਮੇਰੀ ਏ ਦਹੀਂ ਮੈਂ ਜਮਾਉਂਦੀ ਆ, ਹਾਏ ਨੀ ਮਾਏ ਮੇਰੀ ਏ ਦਹੀਂ ਮੈਂ ਜਮਾਉਂਦੀ ਆ। ਤੜਕੇ ਉੱਠ ਕੇ ਰਿੜਕਾਂਗੇ ਛੜੇ ਆਉਣਗੇ ਲੱਲੀ ਵਿੱਚ, ਛਿੜਕਾਂਗੇ ਛੜੇ ਆਉਣਗੇ ਲੱਲੀ ਵਿੱਚ ਛਿੜਕਾਂਗੇ। ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਂਦੀ ਆ, ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਂਦੀ ਆ, ਹਾਏ ਨੀ ਮਾਏ ਮੇਰੀ ਏ ਕੋਠੇ ਉੱਤੇ ਪਾਉਂਦੀ ਆ। ਆਉਣਗੇ ਕਾਂ ਉੜਾ ਜਾਣਗੇ ਸਾਨੂੰ ਨਵਾਂ ਪਵਾੜਾ, ਪਾ 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 ਜਾਣਗੇ। ਬਹੁਤ ਸੋਹਣਾ, ਥੈਂਕ ਯੂ ਸੋ ਮਚ, ਥੈਂਕ ਯੂ। ਉਹ ਲੈਕਚਰ ਲਾ ਕੇ ਨਿਕਲੀ, ਉਹ ਮੈਂ ਖੜਾ ਸੀ ਯਾਰਾ ਨਾਲ, ਪੈਰੀ ਜੁੱਤੀ ਪਾ
ਵਿੱਚ ਹੀਲ ਪਾਈ ਅੱਧੇ ਫੁੱਟ ਦੀ ਸਾਡਾ ਦਿਲ ਲੁੱਟਦੀ ਨਾ ਕਿਤੇ ਜਾਵੇ ਟੁੱਟਣੀ ਡੋਲੇ ਖਾਂਦਾ ਲੱਕਣੀ ਉਹ ਪਤਾਸੇ ਜਿਹੇ ਬੁੱਲਾਂ ਉੱਤੇ ਪੋਪੀ ਲਾ ਲਿਆ ਤੂੰ ਲਾਉਂਦੀ ਫਿਰੇ ਮੱਸ ਕੇ ਕੁੜੀਆਂ ਕਹਿ ਦਿੰਦੀਆਂ ਕਈ ਵਾਰੀ ਕਿਸੇ ਨੇ ਨਾ ਸੋ ਤੁਸੀਂ ਇੰਜੋਏ ਕਰ ਰਹੇ ਸੀ ਆਪਣਾ ਫੇਵਰੇਟ ਸ਼ੋਅ ਗਲੋਬਲ ਐਡਕੇਅਰ ਪ੍ਰੈਜ਼ੈਂਟ ਮਸਤੀ ਕੈਂਪਸ ਦੀ ਮੈਂ ਪਹੁੰਚਿਆ ਹੈ ਜੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮਾਨਾ ਵਿੱਚ ਹੁਣ ਮਿਲਾਂਗਾ ਨਵੀਂ ਜਗ੍ਹਾ 'ਤੇ ਨਵੇਂ ਨਵੇਂ ਬੱਚਿਆਂ ਨਾਲ ਫਿਰ ਕਰਾਂਗੇ ਬਹੁਤ ਸਾਰੀਆਂ ਮਸਤੀਆਂ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਮਸਤੀ ਕੈਂਪਸ ਦੀ ਗਲੋਬਲ ਐਡਕੇਅਰ ਸਪੈਸ਼ਲ ਕੈਬਨ ਸਪੀਕਿੰਗ ਰੋਜ਼ਾਨਾ ਦੀ ਪ੍ਰੈਕਟਿਸ ਵਾਸਤੇ ਫਰੈਸ਼ ਮਟੀਰੀਅਲ ਘਰ ਜਾ ਕੇ ਪ੍ਰੈਕਟਿਸ ਲਈ ਫਰੈਸ਼ ਮਟੀਰੀਅਲ ਇਮੀਗ੍ਰੇਸ਼ਨ ਸੇਵਾਵਾਂ ਆਈਲੈਟਸ ਦੌਰਾਨ ਕੰਡੀਸ਼ਨ ਆਫ ਫੋਰ ਲੈਟਰਸ ਮਾਲਵਾ ਜ਼ੋਨ ਦੀ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾ ਗਲੋਬਲ ਐਡਵੋਕੇਅਰ ਹਰਿੰਦਰਾ ਨਗਰ ਕੋਟਪੂਰਾ ਰੋਡ ਫਰੀਦਕੋਟ ਮੋਬਾਈਲ 98 885 49 094